ਇੱਧਰ ਵੇ ਆਕਾਸ਼, ਆਪ ਕਦੀ ਕੁਛ ਮੰਗਾ ਲੈਂਦੇ ਕਦੀ ਕੁਛ, ਤੇ ਜੇ ਕਿਤੇ ਇੱਕ ਸੂਟ ਬਣਾਉਣਾ ਤਾਂ ਐਨਗੇ ਇੰਨੇ ਸੂਟ। ਇੰਨੀ ਘੈਂਟ ਜੁੱਤੀ ਲੱਗਦੀ ਨਾ ਮੈਨੂੰ ਇਹਨਾਂ ਦੀ, ਮੈਂ ਕਦੀ ਬਾਜ਼ਾਰੋਂ ਮੈਂ ਖਰੀਦ ਨਹੀਂ ਲਿਆ ਸੀ, ਮੈਂ ਇਹਨਾਂ ਤੋਂ ਮੰਗਾਉਣਾ ਹੁੰਦਾ ਇਹਨਾਂ ਦੀ, ਕਿਉਂਕਿ ਅਸੀਂ ਖੁਦ ਆਨਲਾਈਨ ਕਰਦੇ ਹਾਂ ਨਾ। ਤਾਂ ਕਰਕੇ ਕੀ ਕਰਦਾ ਕਿਹੜਾ ਨਹੀਂ, ਕੱਲਾ ਪੈਕਟ ਕੀ ਕਰਦਾ, ਬੈਗ ਬੈਗ ਮੇ ਸੋਡਾ ਵੀ ਹੋਣਾ ਸੀ ਨਾਲ। ਸਵੇਰੇ ਸਵੇਰ ਕਿਸੇ ਬੱਚੇ ਦਾ ਸਕੂਲ ਜਾਣ ਜੀ ਨਹੀਂ ਕਰਦਾ, ਸੇਮ ਅਨਹਦ ਵਾਂਗੂ ਅਨਹਦ ਅਨਹਦ ਦੇ ਪੇਪਰ ਹੋਣ ਡੇ, ਤੇ ਉਹਨਾਂ ਸਕੂਲ ਵਾਲਿਆਂ ਪਹਿਲਾਂ ਸਾਨੂੰ ਕਿਹਾ ਇੱਕ ਦਿਨ ਛੁੱਟੀ ਹੋਇਆ ਕਰੂਗੀ, ਇੱਕ ਪੇਪਰ ਹੋਇਆ ਕਰੂਗਾ, ਹੁਣ ਕਹਿੰਦੇ ਨਹੀਂ ਡੇਲੀ ਸਕੂਲ ਆਉਣਾ ਪਿਆ ਕਰਨਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਤੁਹਾਡਾ ਜੀ ਸਾਡੇ ਯੂਟਿਊਬ ਚੈਨਲ ਦੇ ਉੱਤੇ। ਮੈਂ ਤਾਂ ਹੁਣ ਸਕੂਲ ਤੋਂ ਆਉਂਦਾ, ਛੁੱਟੀ ਹੋ ਗਈ ਆ, ਇਸ ਟਾਈਮ 'ਤੇ ਗਰਮੀ ਬਹੁਤ ਜ਼ਿਆਦਾ ਹੋਈ ਆ, ਟੈਂਪਰੇਚਰ ਜਿਹੜਾ ਅੱਜ 36 ਡਿਗਰੀ ਟੈਂਪਰੇਚਰ ਦਿਖਾਉਣ ਡਿਆ ਅੱਜ, ਫਿਫਟੀ ਤੋਂ ਥੋੜ੍ਹਾ ਘੱਟ ਰਹਿ ਜਾਂਦਾ ਹੈਗਾ, 45 47 46 ਹਾਂ 50 ਦੇ ਲਾਗੇ ਜਾ ਕੇ ਪਹੁੰਚ ਜਾਂਦਾ ਹੁੰਦਾ ਸੀ, ਅਤੇ ਹੁਣ ਵੀ ਅੱਜ ਵੀ ਬਹੁਤ ਜ਼ਿਆਦਾ ਗਰਮੀ ਆ ਨਾ ਅਨੰਦ, ਅਤੇ ਉੱਧਰੋਂ ਸਕੂਲ ਵਾਲੇ ਅਨੰਦ ਨੂੰ ਜ਼ੋਰ ਪਾਈ ਜਾਂਦੇ ਆ ਕਿ ਯੂਨੀਫਾਰਮ ਆਪਣੀ ਜਿਹੜੀ ਆ ਦੂਜੀ ਲੈ ਲਓ, ਇੱਕ ਆਧ ਹੈਗੀ ਆ, ਇੱਕ ਹੋਰ ਜਿਹੜੀ ਇਹਨਾਂ ਨੇ ਚੇਂਜ ਕੀਤੀ ਸੀ ਕਹਿੰਦੇ ਉਹ ਵੀ ਲੈ ਲਓ, ਅਤੇ 10 ਵੀ ਹੋਣਾ ਨਾ, ਤਾਂ ਦਿਨ ਤਾਂ ਦੋ ਰਹਿ ਮਹੀਨੇ ਦੇ, ਮਹੀਨਾ ਕਿੱਥੇ, 15 ਦਿਨ ਹੋਰ ਨੇ ਬਸ, ਹੈ ਨਾ ਆਹ ਵਾਲਾ, ਆਹ ਜਿਹੜਾ ਮੰਥ ਹੈਗਾ ਇਹ ਸਪਤੰਬਰ ਆ, ਇਸ ਤੋਂ ਬਾਅਦ ਅਕਤੂਬਰ ਮੰਥ ਤੱਕ ਚੱਲ ਪੈ ਸਕਦੀ ਯੂਨੀਫਾਰਮ, ਨਹੀਂ ਅਕਤੂਬਰ ਤੱਕ ਹੀ ਮਾਂ ਪੈਣੀ, ਪਰ ਜੇ ਇੱਦਾਂ ਦੀ ਗਰਮੀ ਪੈਂਦੀ ਨਹੀਂ ਫਿਰ ਪੈ ਜਾਣੀ ਇਹਨਾਂ ਨੂੰ, ਹੈ ਨਾ। ਅਤੇ ਚੱਲੀਏ ਮਿਲਦੇ ਹਾਂ ਘਰੇ ਜਾ ਕੇ, ਸੂਟ ਸਾਟ ਜਿਹੇ ਸੋਹਣੇ ਸੋਹਣੇ ਜਿਹੜੇ ਆਪਾਂ ਬਣਾਉਣ ਡੇ ਹਾਂ, ਅਤੇ ਤੁਹਾਨੂੰ ਦਿਖਾਉਂਦੇ ਜਾ ਕੇ ਕੋਰ ਸੂਟ ਬਣਾ ਕੇ ਰੈਡੀ, ਮੈਡੀਸਨ ਲੈਣ ਗਿਆ ਉਹ, ਕਾਰਡ ਲਿਆਂਦਾ ਨਹੀਂ ਤੂੰ, ਕਾਰਡ ਦੇ ਘਰ ਆ ਬੈਗ 'ਚ, ਚੱਲ ਫਿਰ ਸਵੇਰੇ ਦੇਵਾਂਗੇ ਕਾਰਡ ਨੂੰ, ਹੈ ਨਾ ਚੱਲੀਏ। ਉਹ ਤੇਰੇ ਵਰਗੇ ਬੱਚੇ ਵੈਨ ਦੇ ਵਿੱਚ ਬੈਠੇ, ਚੱਲ ਠੀਕ ਆ। ਇੱਧਰ ਇੱਕ ਹੋਰ ਸੂਟ ਰੈਡੀ ਹੋਣ ਡਿਆ ਵਾ, ਕਾਸ਼ ਨੂੰ ਮੈਂ ਹੁਣ ਰਸੋਈ 'ਚ ਭੇਜਤਾ 2 ਮਿੰਟ ਵਾਸਤੇ। ਇੱਧਰ ਪਤਾ ਨਹੀਂ ਚਿੜੀਆਂ ਨੂੰ ਕੀ ਹੋ ਗਿਆ, ਵੇਖੀਏ ਕਾਸ਼ ਅਜੇ ਬੰਦ ਚੁੱਲ੍ਹੇ 'ਤੇ ਪਕੌੜੇ ਕੱਢਣ ਦੀ ਕਿ ਚੱਲ ਪਿਆ ਵਾ, ਅੱਗੇ ਬੰਦ ਚੁੱਲ੍ਹੇ 'ਤੇ ਪਕੌੜੇ ਕੱਢੇ ਜਾਂਦੇ। ਹਾਂ ਇੱਧਰ ਚਿੜੀਆਂ ਨੂੰ ਪਤਾ ਨਹੀਂ ਕੀ ਹੋ ਗਿਆ, ਮਾਣੋ ਬਿੱਲੀ ਆ ਜੀ ਇਹਦੇ ਕਰਕੇ ਮੈਨੂੰ ਲੱਗਦਾ। ਭੱਜ ਗਈਆਂ ਹੁਣ। ਇੱਧਰ ਵੇ ਆਕਾਸ਼, ਆਪ ਕਦੀ ਕੁਛ ਮੰਗਾ ਲੈਂਦੇ ਕਦੀ ਕੁਛ, ਤੇ ਜੇ ਕਿਤੇ ਇੱਕ ਸੂਟ ਬਣਾਉਣਾ ਤਾਂ ਐਨਗੇ ਇੰਨੇ ਸੂਟ। ਇੰਨੀ ਘੈਂਟ ਜੁੱਤੀ ਲੱਗਦੀ ਨਾ ਮੈਨੂੰ ਇਹਨਾਂ ਦੀ, ਮੈਂ ਕਦੀ ਬਾਜ਼ਾਰੋਂ ਮੈਂ ਖਰੀਦ ਨਹੀਂ ਲਿਆ ਸੀ, ਮੈਂ ਇਹਨਾਂ ਤੋਂ ਮੰਗਾਉਣਾ ਹੁੰਦਾ ਇਹਨਾਂ ਦੀ, ਕਿਉਂਕਿ ਅਸੀਂ ਖੁਦ ਆਨਲਾਈਨ ਕਰਦੇ ਹਾਂ ਨਾ। ਤਾਂ ਕਰਕੇ ਇਸ ਕਰਕੇ ਆਨਲਾਈਨ ਹੀ ਮੰਗਾਉਂਦੇ ਹਾਂ, ਤੇ ਆਨਲਾਈਨ ਹੀ ਕਰਦੇ ਹਾਂ। ਬਹੁਤ ਸੋਹਣੀ, ਹੁਣ ਇੱਥੇ ਗਾਣਾ ਬੋਲਣਾ ਤੇ ਬਣਦਾ ਵਾ, ਕਿਹੜਾ ਗਾਣਾ ਦੱਸਾਂ, ਆਪ ਕਰਦਾ ਕੀ ਕਹਿੰਦੇ ਸੀ ਸ਼ੋਪਿੰਗ, ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਪਦਾ, ਸਿੰਪਲ ਤੈਨੂੰ ਮੇਰੇ ਕਢਾਈਆਂ ਕੱਢ ਕੱਢ ਕੇ ਦੇਣ ਦਾ, ਇਹ ਸਿੰਪਲ ਹੈ।
ਤੁਸੀਂ ਆਪ ਇੰਨੀ ਸ਼ੋਪਿੰਗ ਕਰਦੇ ਜੇ ਆਪਾਂ ਕਦੇ ਕਿਹਾ ਸੋਹਣੀ ਬੜੀ ਲੱਗੀ ਜੁੱਤੀ ਮੈਨੂੰ ਸੁਖੰਡਵੀ ਹੋਵੇ ਥੈਂਕ ਯੂ ਬੋਲੀ ਦਾ ਮੈਂ ਬਣਾਏ ਅੱਜ ਕੋਫਤੇ, ਅਨੰਦ ਨੇ ਇੰਨਾ ਰੌਲਾ ਪਾਇਆ ਮੈਂ ਨਹੀਂ ਖਾਣੇ ਕੋਫਤੇ, ਮੈਨੂੰ ਪਨੀਰ ਹੀ ਬਣਾ ਕੇ ਦਿਉ। ਫਿਰ ਮੈਂ ਛੇਤੀ ਛੇਤੀ ਪਨੀਰ ਬਣਾ ਕੇ ਅਨੰਦ ਨੂੰ ਪਨੀਰ ਦੀ ਸਬਜ਼ੀ ਬਣਾ ਕੇ ਦਿੱਤੀ। ਹੁਣ ਖੁਸ਼ ਹੈ, ਰੋਟੀ ਖਾਓ ਅਤੇ ਨਹਾਓ ਫਿਰ, ਠੀਕ ਹੈ? ਰਾਤ ਨੂੰ ਨਹਾਉਣਾ? ਹਾਂ, ਰਾਤ ਨੂੰ ਨਹਾ ਕੇ ਸੌਂ ਜਾਂਦਾ, ਫਿਰ ਦਿਨੇ ਉੱਠ ਕੇ ਮੂੰਹ ਧੋ ਕੇ ਬਰੱਸ਼ ਕਰਕੇ ਫਿਰ ਚੱਲ ਜਾਂਦਾ, ਹੈ ਨਾ? ਸਵਾਦ ਹੈ ਅਨੰਦ ਸਬਜ਼ੀ? ਅਤੇ ਨਾ ਲਓ ਫਿਰ, ਤੁਸੀਂ ਗਰਾਊਂਡ 'ਚੋਂ ਆਏ ਜੋ ਪਸੀਨਾ ਆਇਆ ਹੋਣਾ। ਵੈਸੇ ਪਹਿਲੋਂ ਆਣ ਕੇ ਨਹਾਈਦਾ ਵਾ ਅਤੇ ਫਿਰ ਫਰੈਸ਼ ਹੋ ਕੇ ਰੋਟੀ ਖਾਈ ਦੀ, ਪਰ ਅਨੰਦ ਨੂੰ ਭੁੱਖ ਹੀ ਨਹੀਂ ਲੱਗੀ, ਕਹਿੰਦੀ ਵਾ ਪਹਿਲੋਂ ਰੋਟੀ ਖਾਣੀ ਫਿਰ ਨਹਾਉਣਾ। ਰੋਟੀ ਖਾ ਕੇ 2 ਮਿੰਟ ਰੈਸਟ ਕਰਕੇ ਥੋੜ੍ਹਾ ਟਾਈਮ ਅਤੇ ਫਿਰ ਅਨੰਦ ਨਾ ਲਓ, ਠੀਕ ਹੈ? ਕੀ ਕਰਦਾ ਅਮਨਦੀਪ? ਵੱਧ ਲੈ ਆਉਂਦੇ ਮਾਸਾ, ਘਰ ਨਿਆਣੇ ਨੀ ਹੈਗੇ, ਨਹੀਂ ਤੇ ਬਾਕੀ ਨੀ ਖਾਂਦੇ। ਚੱਲ ਆ ਚੱਲੀਏ ਗੁਰਨਵਾਜ, ਆ ਵੇਲਾ ਤੇਰਾ ਪਿਓ ਖਾਲੀ ਪੈਕਟ ਤੈਨੂੰ ਦੇਈ ਜਾਂਦਾ ਈ, ਆ ਤੈਨੂੰ ਮੈਂ ਨਵੇਂ ਲੈ ਕੇ ਦਵਾਂ ਭਰੇ ਉੱਥੋਂ, ਆ ਚੱਲੀਏ ਆ ਜਾ। ਸਵੇਰੇ ਸਵੇਰ ਕਿਸੇ ਬੱਚੇ ਦਾ ਸਕੂਲ ਜਾਣ ਜੀ ਨਹੀਂ ਕਰਦਾ, ਸੇਮ ਅਨਹਦ ਵਾਂਗੂ, ਹੈ ਨਾ? ਅਨਹਦ ਅਨਹਦ ਦੇ ਪੇਪਰ ਹੋਣ ਡੇ ਤੇ ਉਹਨਾਂ ਸਕੂਲ ਵਾਲਿਆਂ ਪਹਿਲਾਂ ਸਾਨੂੰ ਕਿਹਾ ਇੱਕ ਦਿਨ ਛੁੱਟੀ ਹੋਇਆ ਕਰੂਗੀ, ਇੱਕ ਪੇਪਰ ਹੋਇਆ ਕਰੂਗਾ, ਹੁਣ ਕਹਿੰਦੇ ਨਹੀਂ ਡੇਲੀ ਸਕੂਲ ਆਉਣਾ ਪਿਆ ਕਰਨਾ। ਡੇਲੀ ਹੋ ਗਿਆ, ਅੱਜ ਵੀ ਜਾਣਾ, ਕੱਲ੍ਹ ਪੇਪਰ ਹੈ, ਪਰਸੋਂ ਕਾਹਦੀ ਛੁੱਟੀ? ਉਹੀ ਤੇ ਪੇਪਰ ਦੀ ਛੁੱਟੀ ਕਹਿੰਦੇ, ਪਰ ਹੈਗੀ ਨਹੀਂ ਗੀ। ਇੱਧਰੋਂ ਸੋਹਣਾ ਜਿਹਾ ਸੂਟ ਜਿਹੜਾ ਹੋਰ ਰੈਡੀ ਹੋਣ ਡਿਆ, ਤੁਸੀਂ ਵੇਖ ਸਕਦੇ ਜੇ ਸ਼ਿਮਰ ਸਿਲਕ ਦੇ ਉੱਤੇ ਇਸ ਵਾਰ। ਅੱਜ ਮੈਂ ਪਾਉਣੇ 6 ਵਜੇ ਉੱਠੀ ਹਾਂ, ਪਾਪਾ ਨੂੰ ਠੋ ਲੱਗੀ ਹੋ ਗਿਆ, ਚੱਲ ਰਹਿਣ ਦੇ ਨੇ, ਬਾਅਦ ਚ ਲੇਟ ਹੋ ਜਾਣਗੇ ਫਿਰ ਛੁੱਟੀ ਹੋ ਜਾਏਗੀ। ਐ ਬੱਲੇ ਤੇਰੇ ਚਲਾਕਾ, ਛੁੱਟੀ ਹੋਣ ਦੇ ਨਾ ਤੈਨੂੰ ਮੈਂ, ਚੱਲ ਚੱਲੀਏ, ਵਾ ਟਾਈਮ ਹੋ ਗਿਆ ਜੀ, ਚੱਲ ਚੱਲੀਏ। 12 ਵਜੇ ਆਹੋ, ਅੱਜ ਪਹਿਲਾਂ ਆ ਜਾ। ਚਲੋ ਇਹ ਕੀ ਲੈ ਕੇ ਆਇਆ? ਹੈ ਪਾਗਲ, ਅਨੰਦ ਗਰਮੀ ਕਿੰਨੀ ਹੋ ਗਈ ਫਿਰ? ਤੂੰ ਇਕੱਲੀ ਨੇ ਖਾਧਾ, ਕਿਸੇ ਨੇ ਨੀ ਖਾਧਾ। ਅਨੰਦ ਗਰਮੀ ਕਿੰਨੀ ਹੋ ਗਈ ਵੇਖ ਇੱਧਰ, ਹੈ ਨਾ? ਫਿਰ ਬਹੁਤ ਜ਼ਿਆਦਾ ਗਰਮੀ ਲੱਗਣ ਡਈ, ਐਂ ਬੱਦਲ ਵੇਖ ਕਿੰਨਾ ਨਿਤਰਿਆ ਮੌਸਮ। ਉਹ ਵੀਰ ਵੀ ਆ ਗਿਆ ਸਵੇਰੇ ਕੋਠੇ 'ਤੇ, ਉਹ ਡਿਆ ਪਾਣੀ ਲਾਉਣ।
ਬੱਚੇ ਵੀ ਆਏ, ਉਹਨਾਂ ਨੂੰ ਛੁੱਟੀ ਅੱਜ ਹੈ ਨਾ ਪੇਪਰਾਂ ਦੀ, ਤੈਨੂੰ ਨਹੀਂ ਛੁੱਟੀ ਪੇਪਰ ਦੀ, ਬਾਕੀ ਸਾਰੇ ਬੱਚਿਆਂ ਨੂੰ ਛੁੱਟੀ ਹੈ। ਓ ਮਾਈ ਗੋਡ, ਮੈਮ ਕਹਿੰਦੇ 11 ਜਾਂ ਫਿਰ 12 ਵਜੇ ਜਾਂ ਫਿਰ 1 ਵਜੇ ਚਲ ਜਿਓ। ਮੈਂ ਅੱਗੇ ਆਖਦੀ ਹਾਂ ਕਿ ਸਵੇਰੇ ਉੱਠਣ ਦੀ ਗੱਲ ਹੁੰਦੀ, ਜਾਣ ਨੂੰ ਭਾਵੇਂ ਆਪਾਂ ਰਾਤ ਦੇ 10 ਵਜੇ ਇਹੀ ਤਾਂ ਪੰਗਾ ਹੈ। ਹੈਲੋ, ਵੈਲਕਮ, ਨਵੀਂ ਯੂਨੀਫਾਰਮ ਦੇ ਨਾਲ ਤੁਹਾਡਾ ਸਵਾਗਤ ਹੈ ਜੀ। ਕੀ ਹਾਲ ਜੇ? ਧਾਗਾ ਟੁੱਟ ਗਿਆ। ਓਹੋ, ਧਾਗਾ ਟੁੱਟ ਗਿਆ, ਤੂੰ ਆਉਂਦੇ ਤੋੜਤਾ ਜੀ ਹੈ? ਸੋਹਣਾ ਜਿਹਾ ਡਿਜ਼ਾਇਨ ਜਿਹੜਾ ਆ, ਬੜਾ ਸੁਪਰ ਡੁਪਰ ਹਿੱਟ ਜਾਣ ਡਿਆ। ਤੇ ਤੈਨੂੰ ਪਤਾ ਕਸਟਮਰ ਇਹੀ ਸੂਟ ਦੀ ਡਿਮਾਂਡ ਕਰੀ ਜਾਂਦੇ, ਇਹੀ ਸੂਟ ਬਾਰ ਬਾਰ ਬਣਵਾਈ ਜਾਂਦੇ ਸਾਰੇ ਜਣੇ, ਹੈ ਨਾ? ਕਿਉਂਕਿ ਡਿਜ਼ਾਇਨ ਹੀ ਬੜਾ ਜ਼ਿਆਦਾ ਸੁਪਰ ਡੁਪਰ ਹਿੱਟ ਜਾਣ ਡਿਆ। ਅਤੇ ਇੱਧਰੋਂ ਆਹ ਸੂਟ ਦੇ ਉੱਤੇ ਵੀ ਆਵੇ, ਆਪਾਂ ਬਣਾਇਆ ਵੀ ਸੇਮ ਬਣ ਗਿਆ। ਪ੍ਰਿੰਟ ਸੂਟ ਸੀਗਾ ਮਸਲੀਨ ਦਾ, ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਸੂਟ ਸੀ ਇਹਨਾਂ ਦਾ, ਜਿਹੜਾ ਬੜਾ ਸੋਹਣਾ ਮਸਲੀਨ ਦਾ ਇਹਦੇ ਨਾਲ ਬਣਾਇਆ ਸੂਟ ਆ, ਬਹੁਤ ਸੋਹਣਾ। ਅਤੇ ਸੇਮ ਥਰੈਡ ਦੀਆਂ ਮੈਚਿੰਗਾਂ ਜਿਹੜੀਆਂ ਕੀਤੀਆਂ ਇਹਦੇ 'ਤੇ, ਬਹੁਤ ਸ਼ਾਨਦਾਰ। ਵੇਖੋ ਇੱਧਰੋਂ ਵੀਰ ਹੋਣੀ ਵੀ ਆ ਗਏ ਲੈ ਕੇ ਇਹਨਾਂ ਨੂੰ। ਹੋਰ ਭਾਅ ਜੀ ਕਿੱਦਾਂ? ਫਿਰ ਮਾਰਤਾ ਜਾ ਕਿਹਦੀ ਗਰਮੀ 'ਚ? ਦੁਪੱਟੇ ਵੀ ਰੈਡੀ ਹੋਣ ਗਏ ਆ, ਅਤੇ ਆਹ ਵੀ ਸੂਟ ਜਿਹੜਾ ਆਹ ਵੀ ਰੈਡੀ ਹੋਣ ਡਿਆ ਸ਼ਿਮਰ ਦੇ ਉੱਤੇ, ਇਹ ਵੀ ਸੇਮ ਡਿਜ਼ਾਇਨ ਬਣ ਡਿਆ। ਕਿਉਂਕਿ ਡਿਜ਼ਾਇਨ ਕਸਟਮਰ ਮੰਗੀ ਇਹੀ ਜਾਂਦੇ ਬਾਰ ਬਾਰ, ਹੁਣ ਮੈਂ ਦੱਸੋ ਕੀ ਕਹਿ ਸਕਦਾ, ਕਿਉਂਕਿ ਡਿਮਾਂਡ ਹੀ ਬਹੁਤ ਜ਼ਿਆਦਾ ਇਹਨਾਂ ਡਿਜ਼ਾਇਨ ਦੀ। ਇੱਕ ਆਹ ਡਿਜ਼ਾਇਨ ਪਿਆ ਸ਼ਿਮਰ ਦੇ ਉੱਤੇ, ਇਹ ਪਿਆ ਆ ਕੋਟਨ ਮਸਲੀਨ ਦੇ ਉੱਤੇ, ਸ਼ਿਮਰ ਦੇ ਉੱਤੇ ਨਾਲ ਬੋਟਮ ਮਸਲੀਨ ਦੀ, ਇਹਦੇ ਬਹੁਤ ਸ਼ਾਨਦਾਰ। ਅਤੇ ਇੱਧਰੋਂ ਆਲ ਓਵਰ ਜਿਹੜਾ ਆ ਸ਼ਿਮਰ ਦੇ ਨਾਲ, ਇਹਦੇ ਨਾਲ ਆਹ ਦੁਪੱਟਾ ਮੈਚ ਆ, ਠੀਕ ਆ ਜੀ। ਇੱਦਾਂ ਸੋਹਣੇ ਸੋਹਣੇ ਸੂਟ ਜਿਹੜੇ ਤੁਸੀਂ ਵੀ ਬਣਵਾ ਸਕਦੇ ਜੇ। ਇਹ ਸੂਟ ਰੈਡੀ ਹੋਇਆ ਹੁਣ ਸ਼ਿਮਰ ਸਿਲਕ ਦੇ ਉੱਤੇ, ਇਹਦੀਆਂ ਬਣੀਆਂ ਆ, ਇਹਦਾ ਬਣਿਆ ਘੇਰਾ। ਅਤੇ ਜਿੱਦਾਂ ਕਸਟਮਰ ਦੀ ਡਿਮਾਂਡ ਸੀ ਕਿ ਛੋਟੀ ਬੂਟੀ ਅਤੇ ਛੋਟਾ ਜਿਹਾ ਡਿਜ਼ਾਇਨ ਵੇਲ ਜਿਹਨੂੰ ਕਹਿ ਦਿੰਦੇ ਆ, ਅਤੇ ਇੱਧਰੋਂ ਨਾਲ ਇਹਦੀਆਂ ਆ ਬਾਹਾਂ ਦੇ ਉੱਪਰ ਆ ਬੜਾ, ਇਹ ਆ ਸ਼ਿਮਰ ਸਿਲਕ ਦੇ ਉੱਤੇ ਬਿਨਾਂ ਦੁਪੱਟੇ ਤੋਂ, ਦੁਪੱਟਾ ਕਸਟਮਰ ਨੇ ਆਪਣੇ ਹਿਸਾਬ ਨਾਲ ਰੈਡੀ ਕਰਾਉਣਾ ਹੈ। ਇੱਦਾਂ ਤੁਸੀਂ ਵੀ ਸਾਡੇ ਕੋਲੋਂ ਸੋਹਣੇ ਸੋਹਣੇ ਸੂਟ ਜਿਹੜੇ ਜੇ ਰੈਡੀ ਕਰਵਾ ਸਕਦੇ ਜੇ, ਜਿੱਦਾਂ ਮੈਂ ਤੁਹਾਨੂੰ ਦਿਖਾਉਣ ਡਿਆ ਹਾਂ। ਇਹ ਵੀ ਸੂਟ ਜਿਹਾ ਡਿਜ਼ਾਇਨ, ਆਹ ਜਿਹੜਾ ਡਿਜ਼ਾਇਨ ਹੈ ਇਹ ਤਾਂ ਬਹੁਤ ਜ਼ਿਆਦਾ ਡਿਮਾਂਡ 'ਚ ਹੈ, ਤਾਂ ਸੁਪਰ ਡੁਪਰ ਹਿੱਟ ਕਰਦਾ ਹੈ। ਇੱਦਾਂ ਦੇ ਹੋਰ ਨਵੇਂ ਡਿਜ਼ਾਇਨ ਅਤੇ ਨਵੇਂ ਸੂਟ ਅਤੇ ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਬਾਅਦ ਸਤਿ ਸ਼੍ਰੀ ਅਕਾਲ।